ਥਿਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿਤੀ ਵਾਰ ਸਭ ਆਵਹੇ ਜਾਹੇ ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੇ ਥਿਤੀ ਵਾਰ ਤਾਂ ਜਾਂ ਸੱਚ ਰਾਤੇ ਬਿਨ ਨਾਵੈ ਸਭ ਪਰਮ ਹੈ ਕਾਚੇ ਬਿਲਾਵਲ ਰਾਗ ਵਿੱਚ ਗੁਰੂ ਅਮਰਦਾਸ ਜੀ ਇਹ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਇਥਿਤ ਵਾਰ ਦਿਨ ਸਾਲ ਮਹੀਨੇ ਇਹ ਆਉਂਦੇ ਨੇ ਜਾਂਦੇ ਨੇ ਪਰ ਜੋ ਗੁਰੂ ਦਾ ਸ਼ਬਦ ਹੈ ਉਹ ਸਦਾ اٹਲ ਹੈ ਜੇ ਅਸੀਂ ਗੁਰੂ ਦੇ ਸ਼ਬਦ ਵਿੱਚ ਜੁੜ ਜਾਈਏ ਤਾਂ ਅਸੀਂ ਸੱਚ ਦੇ ਵਿੱਚ ਸਮਾ ਜਾਵਾਂਗੇ ਥਿਤੀਵਾਰ ਉਹੀ ਸੁਹਾਵਣੇ ਹਨ ਜਦੋਂ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਵਾਲੀ ਬਾਣੀ ਵਿੱਚ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਜੁੜ ਜਾਵੇ ਨਵਾਂ ਸਾਲ ਉਹ ਸਮਾਂ ਹੁੰਦਾ ਹੈ ਜਦੋਂ ਪੁਰਾਣਾ ਕੈਲੰਡਰ ਸਾਲ ਮੁੱਕਦਾ ਹੈ ਅਤੇ ਨਵਾਂ ਕੈਲੰਡਰ ਸਾਲ ਆਰੰਭ ਹੋ ਜਾਂਦਾ ਹੈ ਬਹੁਤ ਸਾਰੇ ਸੱਭਿਆਚਾਰਾਂ ਵਿੱਚ ਇਸ ਘਟਨਾ ਨੂੰ ਕਿਸੇ ਨਾ ਕਿਸੇ ਤਰੀਕੇ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਰੋਮਨ ਕੈਲੰਡਰ ਪ੍ਰਚਲਿਤ ਸੀ ਯੂਨਾਨ ਜਿਸ ਨੂੰ ਅੱਜ ਗਰੀਸ ਨਾਮ ਨਾਲ ਜਾਣਿਆ ਜਾਂਦਾ ਹੈ ਯੂਨਾਨ ਤੇ ਜਿੱਤ ਮਗਰੋਂ ਜੂਲੀਅਸ ਸੀਜ਼ਰ ਨੇ 46 BC ਵਿੱਚ ਰੋਮਨ ਕੈਲੰਡਰ ਵਿੱਚ ਸੋਧ ਕਰਕੇ ਜੂਲੀਅਨ ਕੈਲੰਡਰ ਜਾਰੀ ਕੀਤਾ ਸਾਰੇ ਯੂਰਪ ਦੇ ਦੇਸ਼ਾਂ ਨੇ ਇਸ ਕੈਲੰਡਰ ਨੂੰ ਮੰਨ ਲਿਆ ਸੀ 1582 ਈਸਵੀ ਵਿੱਚ ਕੈਥੋਲਿਕ ਪੋਪ ਗ੍ਰੈਗਰੀ 13ਵੇਂ ਨੇ ਜੂਲੀਅਨ ਕੈਲੰਡਰ ਵਿੱਚ ਸੋਧ ਕਰਕੇ ਗ੍ਰੈਗੋਰੀਅਨ ਕੈਲੰਡਰ ਲਾਗੂ ਕਰ ਦਿੱਤਾ ਜੂਲੀਅਨ ਕੈਲੰਡਰ ਦਾ ਆਖਰੀ ਦਿਨ 4 ਅਕਤੂਬਰ 1582 ਸੀ ਅਗਲਾ ਦਿਨ ਗ੍ਰੈਗੋਰੀਅਨ ਕੈਲੰਡਰ ਦਾ ਪਹਿਲਾ ਦਿਨ ਸੀ 15 ਅਕਤੂਬਰ 1582 ਭਾਵ 4 ਅਕਤੂਬਰ ਤੋਂ ਬਾਅਦ ਅਗਲਾ ਦਿਨ 15 ਅਕਤੂਬਰ ਕਰ ਦਿੱਤਾ ਗਿਆ। ਬ੍ਰਿਟਾਨਵੀ ਹਕੂਮਤ ਨੇ 1752 ਈਸਵੀ ਵਿੱਚ ਇਸ ਕੈਲੰਡਰ ਨੂੰ ਬ੍ਰਿਟਿਸ਼ ਇੰਡੀਆ ਵਿੱਚ ਲਾਗੂ ਕੀਤਾ। ਇਸੇ ਕਾਰਨ 1699 ਈਸਵੀ ਵਿੱਚ ਵਿਸਾਖੀ 30 ਮਾਰਚ ਨੂੰ ਸੀ ਅਤੇ 1763 ਈਸਵੀ ਨੂੰ ਵਿਸਾਖੀ 10 ਅਪ੍ਰੈਲ ਨੂੰ ਆਈ ਅੱਜ ਕੱਲ੍ਹ ਦੁਨੀਆ ਭਰ ਵਿੱਚ ਗ੍ਰੈਗੋਰੀਅਨ ਕੈਲੰਡਰ ਵਾਲਾ ਨਵਾਂ ਸਾਲ ਹੀ ਮਨਾਇਆ ਜਾਂਦਾ ਹੈ ਜੋ 1 ਜਨਵਰੀ ਤੋਂ ਆਰੰਭ ਹੋ ਜਾਂਦਾ ਹੈ ਅੱਜ ਕੱਲ੍ਹ ਜ਼ਿਆਦਾਤਰ ਸ਼ਹਿਰਾਂ ਦੇ ਗੁਰਦੁਆਰਾ ਸਹਿਵਾਨਾਂ ਵਿੱਚ 31 ਦਸੰਬਰ ਨੂੰ ਰਾਤ ਤੱਕ ਸਮਾਗਮ ਕੀਤੇ ਜਾਂਦੇ ਨੇ ਕੀਰਤਨ ਦਰਬਾਰ ਹੁੰਦੇ ਹਨ ਇਸ ਦਾ ਕਾਰਨ ਇਹ ਵੀ ਮੰਨਿਆ ਜਾਂਦਾ ਹੈ ਕਿ ਨਵੇਂ ਸਾਲ ਦੀ ਆਮਦ ਵਿੱਚ ਲੋਕ ਸ਼ਰਾਬ ਆਦਿ ਦੀਆਂ ਪਾਰਟੀਆਂ ਕਰਦੇ ਪੱਬਾਂ ਕਲੱਬਾਂ ਵਿੱਚ ਜਾਂਦੇ ਹਨ ਉਸ ਪਾਸਿਓ ਸਿੱਖ ਨੌਜਵਾਨਾਂ ਨੂੰ ਰੋਕਣ ਲਈ ਨਵੇਂ ਸਾਲ ਦੇ ਸਮਾਗਮ ਗੁਰੂ ਘਰਾਂ ਵਿੱਚ ਵੀ ਆਰੰਭ ਕੀਤੇ ਗਏ ਪਰ ਇਸ ਦੇ ਨਾਲ ਨਾਨਕ ਸਾਹੀ ਕਲੰਡਰ ਜੋ ਇਕ ਚੇਤ ਤੋਂ ਆਰੰਭ ਹੁੰਦਾ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਇਕ ਚੇਤਰ ਨੂੰ ਵੀ ਨਵਾਂ ਨਾਨਕ ਸਾਹੀ ਸਾਲ ਵੀ ਉਚੇਚੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਪਰ ਇੱਕ ਗੱਲ ਇਹ ਵੀ ਚੇਤੇ ਰਹਿ ਕਿ ਸਿੱਖ ਕਿਸੇ ਥਿੱਤ ਵਾਰ ਦਾ ਪੂਜਕ ਨਹੀਂ ਸਿੱਖ ਕਿਸੇ ਦਿਨ ਮਹੀਨੇ ਸਾਲ ਨੂੰ ਚੰਗਾ ਜਾਂ ਮਾੜਾ ਮੰਨਣ ਵਾਲੇ ਭਰਮ ਤੋਂ ਨਰਲੀਪ ਰਹਿੰਦਾ ਕੋਈ ਦਿਨ ਚੰਗਾ ਜਾਂ ਮਾੜਾ ਨਹੀਂ ਹੁੰਦਾ ਸਗੋਂ ਗੁਰਬਾਣੀ ਦਾ ਫੁਰਮਾਨ ਹੈ ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੇ ਚਿੱਤ ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੁੱਤ ਉਹੀ ਦਿਨ ਚੰਗਾ ਹੈ ਜਿਸ ਦਿਨ ਪ੍ਰਮਾਤਮਾ ਮਨ ਵਿੱਚ ਵਸੇ ਜਦ ਪ੍ਰਮਾਤਮਾ ਹੀ ਵਿਸਰ ਜਾਵੇ ਉਸ ਦਿਨ ਨੂੰ ਮੰਦਾ ਹੀ ਜਾਣੋ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ ਵਚਨ ਥਿਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰੂ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵੇਂ ਜਾਹੀਂ ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੀਂ ਥਿੱਤੀ ਵਾਰ ਤਾਂ ਜਾਂ ਸੱਚ ਰਾਤੇ ਬਿਨ ਨਾਵੇਂ ਸਭ ਭਰਮੇ ਕਾਝੇ ਭਾਵ ਪਰਮਾਤਮਾ ਦੀ ਯਾਦ ਤੋਂ ਵਿਹੂਣਾ ਕੋਈ ਦਿਨ ਕੋਈ ਰੁੱਤ ਕਿੰਨੀ ਵੀ ਚੰਗੀ ਹੋਵੇ ਪਰਮਾਤਮਾ ਦੀ ਯਾਦ ਤੋਂ ਵਿਹੂਣਾ ਉਹ ਸਾਡੇ ਵਾਸਤੇ ਮੰਦੀ ਹੀ ਹੈ ਵੇਖੋ ਖੇਡ ਦੇ ਮੈਦਾਨ ਵਿੱਚ ਦੌੜਦਾ ਦੁੜਾਕ ਕਿੰਨਾ ਸੋਹਣਾ ਲੱਗਦਾ ਹੈ ਪਰ ਇਸ ਦੁੜਾਕ ਦਾ ਸ਼ੁਰੂਆਤੀ ਦੌਰ ਐਸਾ ਨਹੀਂ ਸੀ ਦੌੜਨਾ ਤਾਂ ਇੱਕ ਪਾਸੇ ਬਚਪਨ ਵਿੱਚ ਬੈਠਣਾ ਵੀ ਨਹੀਂ ਸੀ ਆਉਂਦਾ ਬੈਠਣਾ ਸਿੱਖਿਆ ਕਦਮ ਪੁੱਟਣਾ ਸਿੱਖਿਆ ਤੁਰਨਾ ਸਿੱਖਿਆ ਤੇ ਸਿੱਖਦਿਆਂ ਸਿੱਖਦਿਆਂ ਵਕਤ ਦੇ ਬੀਤਣ ਨਾਲ ਇਹ ਦੌੜਾਕ ਬਣ ਗਿਆ ਤੇਜ਼ ਦੌੜਨ ਵਾਲਾ ਖਿਡਾਰੀ ਬਣ ਗਿਆ ਇੱਕ ਵਕਤ ਐਸਾ ਵੀ ਸੀ ਕਿ ਇਹ ਵਕਤ ਵੀ ਨਹੀਂ ਸੀ ਬਣਿਆ ਇੱਕ ਵਕਤ ਐਸਾ ਵੀ ਸੀ ਕਿ ਇਹ ਵਕਤ ਵੀ ਨਹੀਂ ਸੀ ਬਣਿਆ ਗੁਰਬਾਣੀ ਦਾ ਫੁਰਮਾਨ ਹੈ ਅਰਬਦ ਨਰਬਦ ਧੁੰਦੂਕਾਰਾ ਧਰਨ ਨ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏ ਦਾ ਪਰਮਾਤਮਾ ਦੇ ਇੱਕੋ ਕਵਾਉ ਹੁਕਮ ਨਾਲ ਸ੍ਰਿਸ਼ਟੀ ਬਣ ਗਈ ਸਮਾ ਬਣ ਗਿਆ ਇੱਕ ਬ੍ਰਹਿਮੰਡ ਵਿਗਿਆਨੀ ਸਟੀਫਨ ਹਾਕਿੰਗ ਉਹਦਾ ਵੀ ਇਹ ਕਹਿਣਾ ਹੈ ਕਿ ਸ੍ਰਿਸ਼ਟੀ ਤੇ ਸਮਾ ਇਕੱਠੇ ਹੀ ਆਰੰਭ ਹੋਏ ਸਮੇ ਲਈ ਗੁਰਬਾਣੀ ਵਿੱਚ ਵੇਲਾ ਵਕਤ ਮੁੱਦਤ ਯੁੱਗ ਚਿਰ ਬਰਖ ਬਰਸ ਮਾਸ ਵਿਸ਼ਾ ਘੜੀ ਪਲ ਨਿਮਖ ਪਹਿਰ ਦਿਨ ਰਾਤ ਸਵੇਰ ਆਦਿ ਸ਼ਬਦ ਗੁਰਬਾਣੀ ਵਿੱਚ ਆਏ ਹਨ ਗੁਰੂ ਨਾਨਕ ਦੇਵ ਜੀ ਨੇ ਦਿਨ ਨੂੰ ਖਢਾਵਾ ਤੇ ਰਾਤ ਨੂੰ ਖਿਡਾਵੀ ਆਖਿਆ ਦਿਨ ਦੇ ਚਾਨਣ ਵਿੱਚ ਮਨੁੱਖ ਆਪਣੇ ਕੰਮ ਧੰਦੇ ਨਿਵੇੜਨ ਵਿੱਚ ਲੱਗਾ ਰਹਿੰਦਾ ਹੈ ਖੇਡਣ ਮੱਲਣ ਵਿੱਚ ਲੱਗਾ ਰਹਿੰਦਾ ਹੈ ਰਾਤ ਨੂੰ ਆਰਾਮ ਕਰਦਾ ਹੈ ਸੌ ਜਾਂਦਾ ਹੈ ਸਮੇਂ ਨੂੰ ਮਾਪਣ ਦੇ ਅਜੋਕੇ ਸਮੇਂ ਵਿੱਚ ਆਧੁਨਿਕ ਯੰਤਰ ਇਜਾਦ ਹੋ ਚੁੱਕੇ ਨੇ ਪਰ ਸ਼ੁਰੂਆਤੀ ਦੌਰ ਐਸਾ ਨਹੀਂ ਸੀ ਹੁਣ ਤਾਂ ਦਿਨ ਨੂੰ ਘੰਟਿਆਂ ਮਿੰਟਾਂ ਸਕਿੰਟਾਂ ਵਿੱਚ ਮਾਪਿਆ ਗਿਆ ਹੈ ਸਾਡੇ ਬਜ਼ੁਰਗ ਦਿਨ ਦੇ ਸਮੇਂ ਦੀ ਨਿਸ਼ਾਨਦੇਹੀ ਲਈ ਬਹੁਤ ਸਾਰੇ ਸ਼ਬਦ ਵਰਤਿਆ ਕਰਦੇ ਸਨ ਇੱਕ ਪੰਜਾਬੀ ਦੇ ਬਹੁਤ ਵੱਡੇ ਕਵੀ ਸੁਰਜੀਤ ਪਾਤਰ ਜੀ ਨੇ ਇੱਕ ਕਵਿਤਾ ਵਿੱਚ ਉਹਨਾਂ ਸ਼ਬਦਾਂ ਨੂੰ ਇਕੱਠਾ ਕੀਤਾ ਹੈ ਉਹ ਲਿਖਦੇ ਹਨ ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ ਵਾਕ ਵਾਕ ਅੰਮ੍ਰਿਤ ਵੇਲਾ ਵੱਡਾ ਟੜਕਾ ਪਉ ਫਟਾਲਾ ਧੰਮੀ ਵੇਲਾ ਸ਼ਾਹ ਵੇਲਾ ਟਿੱਕੀ ਦੁਪਹਿਰ ਲੋਡਾ ਵੇਲਾ ਲੋਏ ਲੋਏ ਤਿਰਕਾਲਾਂ ਦੀਵਾ ਵੱਟੀ ਖੋਪੀਆ ਢਲਦੀਆਂ ਖੇਤੀਆਂ ਤਾਰੇ ਦਾ ਚੜਾ ਸਾਜਰਾ ਸਵਖਤਾ ਸਰਗੀ ਵੇਲਾ ਘੜੀਆਂ ਪਹਿਰ ਪਾਲ ਛਿਣ ਨਿਮਖ ਵਿਚਾਰੇ ਮਾਰੇ ਗਏ ਇਕੱਲੇ ਟਾਈਮ ਹੱਥੋਂ ਇਹ ਸ਼ਬਦ ਵਿਚਾਰੇ ਸ਼ੁਰੂ-ਸ਼ੁਰੂ ਵਿੱਚ ਮਨੁੱਖ ਨੇ ਆਪਣੇ ਜਾਂ ਦੂਜੀਆਂ ਹੋਰ ਚੀਜ਼ਾਂ ਦੇ ਪਰਛਾਵਿਆਂ ਨਾਲ ਜਾਂ ਰੁੱਖਾਂ ਦੀ ਛਾਂ ਦੁਆਰਾ ਦਿਨ ਦੀ ਲੰਬਾਈ ਨੂੰ ਮਾਪਿਆ ਪਰ ਕਈ ਵਾਰ ਤੋਂਪਨਾ ਨਿਕਰਨ ਕਰਕੇ ਬਦਲਵਾਈ ਵਾਲੇ ਦਿਨ ਇਹਨੂੰ ਦਿੱਕਤ ਆਉਂਦੀ ਸੀ ਸਮੇਂ ਦੀ ਸਹੀ ਵੰਡ ਨਹੀਂ ਸੀ ਕਰ ਪਾਉਂਦਾ ਸੂਇਸ ਕਰਕੇ ਧੁੱਪ ਘੜੀ ਵੀ ਬਣਾਈ ਗਈ ਪਰ ਇਹ ਦਿੱਕਤ ਆਉਣ ਕਰਕੇ ਫਿਰ ਪਾਣੀ ਵਾਲੀ ਘੜੀ ਦੀ ਬਹੁਤ ਸਮਾਂ ਵਰਤੋਂ ਹੁੰਦੀ ਰਹੀ ਇੱਕ ਭਾਂਡੇ ਵਿੱਚ ਇੱਕ ਹੋਰ ਛੋਟਾ ਬਰਤਨ ਰੱਖ ਕੇ ਦੇਣਾ ਛੋਟੇ ਬਰਤਨ ਵਿੱਚ ਇੱਕ ਨਿੱਕਾ ਜਿਹਾ ਸੁਰਾਖ ਕੀਤਾ ਹੁੰਦਾ ਸੀ ਵੱਡਾ ਬਰਤਨ ਉਹ ਪਾਣੀ ਦੇ ਨਾਲ ਭਰਿਆ ਹੋਇਆ ਵੱਡੇ ਬਰਤਨ ਵਿੱਚ ਸੁਰਾਖ ਕਰਕੇ ਇੱਕ ਛੋਟਾ ਹੋਰ ਬਰਤਨ ਰੱਖ ਦਿੱਤਾ ਜਾਂ ਅਸੀਂ ਇਉਂ ਕਹਿ ਲਈਏ ਵੀ ਇੱਕ ਬਾਲਟੀ ਹੈ ਉਹਦੇ ਵਿੱਚ ਨਿੱਕੀ ਜੀ ਕੌਲੀ ਸੁਰਾਖ ਕਰਕੇ ਰੱਖ ਦਿੱਤੀ ਉਹ ਸੁਰਾਖ ਦੇ ਕਾਰਨ ਉਹ ਨਿੱਕੇ ਭਾਂਡੇ ਵਿੱਚ ਪਾਣੀ ਭਰ ਜਾਂਦਾ ਤੇ ਫਿਰ ਉਹ ਨਿੱਕਾ ਬਰਤਨ ਡੁੱਬ ਜਾਂਦਾ ਉਹਨੂੰ ਫੇਰ ਬਾਹਰ ਕੱਢ ਕੇ ਰੱਖ ਦਿੱਤਾ ਜਾਂਦਾ ਸਵੇਰ ਤੋਂ ਸ਼ਾਮ ਤੱਕ ਇਹ ਛੋਟਾ ਬਰਤਨ ਕਿੰਨੀ ਵਾਰ ਡੁੱਬਦਾ ਹੈ ਇਸ ਤਰ੍ਹਾਂ ਦਿਨ ਦੀ ਵੰਡ ਕੀਤੀ ਗਈ ਗੁਰਬਾਣੀ ਵਿੱਚ ਕਈ ਵਾਰ ਇਸ ਪਾਣੀ ਵਾਲੀ ਘੜੀ ਦਾ ਜ਼ਿਕਰ ਆਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਪਾਈ ਨਾਮ ਪਾਣੀ ਵਾਲੀ ਘੜੀ ਦਾ ਹੈ ਇਸੇ ਤਰ੍ਹਾਂ ਰੇਤ ਘੜੀ ਵੀ ਵਰਤੀ ਜਾਂਦੀ ਰਹੀ 1319 ਈਸਵੀ ਵਿੱਚ ਹੈਨਰੀ ਡੇ ਵਿਕ ਨੇ ਸੂਈਆਂ ਵਾਲੀ ਆਧੁਨਿਕ ਘੜੀ ਤਿਆਰ ਕੀਤੀ ਫਿਰ ਕੀ ਸੀ ਮਨੁੱਖ ਨੇ ਦਿਨ ਰਾਤ ਮਿਲ ਲੈ ਹਫ਼ਤੇ ਬਣਾਲੇ ਮਹੀਨੇ ਬਣ ਗਏ ਸਾਲ ਬਣ ਗਏ ਸਦੀਆਂ ਬਣ ਗਈਆਂ ਯੁੱਗ ਬਣ ਗਏ ਸੋਖਮਨੀ ਸਾਹਿਬ ਦੀ ਬਾਣੀ ਵਿੱਚ ਇੱਕ ਪੰਕਤੀ ਹੈ ਹਰਨ ਭਰਨ ਜਾਕਾ ਨੇਤਰ ਫੋਰ ਇੱਥੇ ਫੋਰ ਸ਼ਬਦ ਦਾ ਅਰਥ ਹੈ ਅੱਖ ਫਰਕਣ ਵਿੱਚ ਲੱਗਿਆ ਸਮਾਂ ਇੱਕ ਫੋਰ ਅਖਵਾਉਂਦਾ ਅੱਖ ਦੇ 15 ਫੋਰਾ ਦਾ ਇੱਕ ਵਿਸ਼ਾ ਬਣਦਾ ਹੈ 15 ਵਿਸ਼ਿਆਂ ਦਾ ਇੱਕ ਚਸਾ 30 ਚਸਿਆਂ ਦਾ ਇੱਕ ਪਲ 60 ਪਲਾਂ ਦੀ ਇੱਕ ਘੜੀ ਤੇ 7.5 ਘੜੀਆਂ ਦਾ ਇੱਕ ਪਹਿਰ 8 ਪਹਿਰਾਂ ਦਾ ਇੱਕ ਵਾਰ ਇਹ ਸਮੇਂ ਦੀ ਚਾਲ ਹੈ ਸਮੇਂ ਦੀ ਸੁਚੱਜੀ ਵਰਤੋਂ ਸਾਡੇ ਜੀਵਨ ਨੂੰ ਸੁਖਮਈ ਬਣਾਉਂਦੀ ਹੈ ਸਮੇਂ ਨੂੰ ਬਰਬਾਦ ਕਰਨਾ ਜੀਵਨ ਨੂੰ ਬਰਬਾਦ ਕਰਨਾ ਹੈ ਪੰਜਾਬੀ ਦਾ ਬੜਾ ਪਿਆਰਾ ਅਖਾਣ ਹੈ ਵੇਲੇ ਦੀ ਨਿਮਾਜ਼ ਕੁਵੇਲੇ ਦੀਆਂ ਟੱਕਰਾ ਜਿਵੇਂ ਲੋਹਾ ਠੰਡਾ ਪੈ ਜਾਣ ਤੇ ਹਥੌੜੇ ਮਾਰਨਾ ਵਿਅਰਥ ਹੀ ਹੁੰਦਾ ਹੈ ਇੱਕ ਹੋਰ ਅਖਾਣ ਬਹੁਤ ਪ੍ਰਸਿੱਧ ਹੈ ਅਬ ਪੁਛਤਾਏ ਕਿਆ ਹੋਤ ਜਦ ਚਿੜੀਆ ਚੁਗ ਗਈ ਖੇਤ ਇਸੇ ਕਰਕੇ ਕਬੀਰ ਸਾਹਿਬ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ ਕਬੀਰ ਕਾਲ ਕਰੰਤਾ ਅਬਹ ਕਰ ਅਬ ਕਰਤਾ ਸੋਇਤਾਲ ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਪੰਜਾਬੀ ਦੇ ਗੁਰਮਤ ਦੇ ਬੜੇ ਵੱਡੇ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਕ ਬਹੁਤ ਪਿਆਰੀ ਰਚਨਾ ਵਿੱਚ ਇਉਂ ਫਰਮਾਉਂਦੇ ਨੇ ਰਹੀ ਵਾਸਤੇ ਘੱਤ ਸਮੇ ਇੱਕ ਨਾ ਮੰਨੀ ਫੜ ਫੜ ਰਹੀ ਤਰੀਕ ਸਮੇ ਖਿਸਕਾਈ ਕੰਨੀ ਕਿਵੇਂ ਨਾ ਸਕੀ ਰੋਕ اٹਕ ਜੋ ਪਾਈ ਭੰਨੀ ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ ਹੋ ਸੰਭਲ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ ਇਹ ਠਹਿਰਣ ਜਾਂਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਮਦਾ ਨੈਪੋਲੀਅਨ ਨੇ ਇੱਕ ਵਾਰੀ ਆਪਣੇ ਜਰਨੈਲਾਂ ਨੂੰ ਖਾਣੇ ਤੇ ਬੁਲਾਇਆ ਜਦੋਂ ਸਮਾਂ ਹੋ ਗਿਆ ਤਾਂ ਨੈਪੋਲੀਅਨ ਨੇ ਖਾਣਾ ਸ਼ੁਰੂ ਕਰ ਦਿੱਤਾ ਉਹ ਖਾਣਾ ਖਾ ਕੇ ਉੱਠਣ ਹੀ ਲੱਗਾ ਸੀ ਇੰਨੇ ਨੂੰ ਜਰਨੈਲ ਵੀ ਆ ਗਏ ਨੈਪੋਲੀਅਨ ਅੱਖ ਲੱਗਾ ਖਾਣੇ ਦਾ ਮਿੱਠਿਆ ਸਮਾਂ ਹੁਣ ਨਿਕਲ ਚੁੱਕਾ ਹੈ ਆਓ ਹੁਣ ਆਪਣੇ ਕੰਮ ਤੇ ਚੱਲੀਏ ਨਹੀਂ ਤਾਂ ਉਧਰੋਂ ਵੀ ਦੇਰ ਹੋ ਜਾਵੇਗੀ ਜਰਨੈਲਾਂ ਨੂੰ ਭੁੱਖਿਆਂ ਹੀ ਕੰਮ ਤੇ ਜਾਣਾ ਪਿਆ ਸੋ ਸਮੇਂ ਦੀ ਸੰਭਾਲ ਬਹੁਤ ਜ਼ਰੂਰੀ ਹੈ ਗੁਰੂ ਤੇਗ ਬਹਾਦਰ ਜੀ ਦਾ ਫੁਰਮਾਨ ਹੈ ਕਰਹੁ ਹਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਦ ਭਾਵ ਅਸੀਂ ਇਸ ਮਨੁੱਖਾ ਦੇਹੀ ਵਿੱਚ ਆਏ ਆ ਸਾਨੂੰ ਕੁਝ ਮੌਹਲਤ ਮਿਲੀ ਹੋਈ ਹੈ ਇਸ ਮਿਲੇ ਹੋਏ ਵਕਤ ਵਿੱਚ ਅਸੀਂ ਉਸ ਪਰਮਾਤਮਾ ਦੀ ਭਗਤੀ ਕਰਨੀ ਹੈ ਜੋ ਅਸੀਂ ਨਹੀਂ ਕਰਦੇ ਸਮਾਂ ਨਿਕਲਦਾ ਜਾ ਰਿਹਾ ਹੈ ਤੇ ਬਾਅਦ ਵਿੱਚ ਸਾਨੂੰ ਪਛਤਾਉਣਾ ਪਏਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜਾ ਪਿਆਰਾ ਇੱਕ ਹੋਰ ਵਚਨ ਹੈ ਕਿ ਛਿਨ ਛਿਨ ਕਰ ਗयो ਕਾਲ ਤੈਸੇ ਜਾਤ ਆਜ ਹੈ ਆਲਸੀ ਮਨੁੱਖ ਨੂੰ ਸਮਝਾਇਆ ਹੈ ਕਿ ਜਿਵੇਂ ਕੱਲ ਜੋ ਬੀਤ ਚੁੱਕਾ ਹੈ ਤੂੰ ਆਪਣਾ ਕਾਰਜ ਇਹ ਸੋਚ ਕੇ ਨਹੀਂ ਕੀਤਾ ਕਿ ਕੱਲ ਨੂੰ ਕਰ ਲਵਾਂਗਾ ਪਰ ਵੇਖ ਇਹ ਅੱਜ ਵੀ ਬੀਤੇ ਕੱਲ ਵਿੱਚ ਬਦਲਦਾ ਜਾ ਰਿਹਾ ਹੈ ਭਾਈ ਵੀਰ ਸਿੰਘ ਇਸ ਪਰਥਾਏ ਬੜਾ ਸੁੰਦਰ ਬਚਨ ਕਰਦੇ ਨੇ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ ਹੋ ਸੰਭਲ ਸੰਭਾਲ ਇਸ ਅੱਜ ਨੂੰ ਇਹ ਬੀਤੇ ਮਹਾਰਸ ਪੀਂਦਿਆਂ ਹਰ ਰਸ ਵਿੱਚ ਮੱਤੇ ਖੀਵਿਆਂ ਹਰ ਰੰਗ ਹਰ ਕੀਰਤ ਚਾਹੁੰਦੇ ਆ ਭਾਈ ਵੀਰ ਸਿੰਘ ਜੀ ਕਹਿੰਦੇ ਇਹ ਜਿਹੜਾ ਵਕਤ ਹੈ ਨਾ ਅੱਜ ਵਰਤਮਾਨ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਵਰਤਮਾਨ ਵਿੱਚ ਵਰਤਦਾ ਕਿ ਮਨੁੱਖ ਆਪਣੇ ਵਰਤਮਾਨ ਨੂੰ ਸੰਭਾਲ ਲਵੇ ਇਹਦੇ ਵਰਗੀ ਕੋਈ ਰੀਸ ਨਹੀਂ ਸਾਡੇ ਨਾਲ ਕੀ ਹੋ ਰਿਹਾ ਅਸੀਂ ਜਾਂ ਤਾਂ ਜੋ ਸਮਾਂ ਸਾਡਾ ਲੰਘ ਚੁੱਕਿਆ ਉਹਦੇ ਬਾਰੇ ਸੋਚਦੇ ਰਹਿੰਨੇ ਆ ਕਿ ਮੈਂ ਇਉਂ ਕਿਉਂ ਨਹੀਂ ਕੀਤਾ ਇਉਂ ਕਰ ਲੈਣਾ ਸੀ ਪਰ ਵੇਖੋ ਉਹ ਜਿਹੜਾ ਲੰਘ ਗਿਆ ਜਿਹੜਾ ਬੀਤ ਗਿਆ ਉਹਨੂੰ ਤੇ ਅਸੀਂ ਹੁਣ ਤਬਦੀਲ ਨਹੀਂ ਨਾ ਕਰ ਸਕਦੇ ਹਾਂ ਜਾਂ ਫਿਰ ਅਸੀਂ ਕੀ ਕਰਦੇ ਆ ਜਿਹੜਾ ਵਕਤ ਅਜੇ ਆਉਣਾ ਹੈ ਭਵਿੱਖ ਦੀ ਚਿੰਤਾ ਕਰਦੇ ਰਹਿੰਨੇ ਆ ਤੇ ਉਸ ਭਵਿੱਖ ਦੇ ਬਾਰੇ ਕੋਈ ਬਿਉਂਤਬੰਦੀ ਬਣਾਉਣੀ ਤਾਂ ਠੀਕ ਹੈ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੋ ਅੱਜ ਸਾਡੇ ਕੋਲ ਹੈ ਵਰਤਮਾਨ ਸਮਾਂ ਇਹਦੀ ਸਹੀ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ ਤੇ ਜੇ ਇਸ ਵਕਤ ਦੀ ਅਸੀਂ ਸਹੀ ਵਰਤੋਂ ਨਹੀਂ ਕਰ पाए ਤਾਂ ਸਾਨੂੰ ਫਿਰ ਆਖਰ ਨੂੰ ਪਛਤਾਉਣਾ ਪਏਗਾ ਗੁਰਬਾਣੀ ਸਾਨੂੰ ਐਸੇ ਕਰਕੇ ਸਮਝਾਉਂਦੀ ਹੈ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਇਸ ਕਰਕੇ ਮਨੁੱਖ ਨੂੰ ਇਸ ਸਮੇਂ ਦੀ ਸਹੀ ਵਰਤੋਂ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਸਮੇਂ ਦੀ ਸਿੱਖ ਨੇ ਕੋਈ ਪੂਜਾ ਨਹੀਂ ਕਰਨੀ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਕੋਈ ਦਿਨ ਚੰਗਾ ਜਾਂ ਮਾੜਾ ਨਹੀਂ ਹੁੰਦਾ ਸਭੂ ਦਿਨ ਦੀ ਚੰਗਿਆਈ ਜਾਂ ਮੰਦਾਪਣ ਇਸ ਗੱਲ ਤੇ ਨਿਰਪੁਰ ਕਰਦਾ ਹੈ ਕਿ ਅਸੀਂ ਕਰਮ ਕਿਹੋ ਜੇ ਕਰ ਰਹੇ ਆ ਜੇ ਅਸੀਂ ਨੇਕ ਕਰਮ ਕਰ ਰਹੇ ਆ ਪਰਮਾਤਮਾ ਦੀ ਭਗਤੀ ਕਰਦੇ ਹਾਂ ਸੱਚ ਦੇ ਉੱਤੇ ਪਹਿਰਾ ਦਿੰਦੇ ਹਾਂ ਤਾਂ ਸਾਡਾ ਉਹ ਦਿਨ ਭਾਗਾ ਵਾਲਾ ਹੈ ਚੰਗਾ ਹੈ ਤੇ ਜਿਸ ਦਿਨ ਅਸੀਂ ਬੁਰੇ ਕਰਮਾਂ ਦੇ ਵਿੱਚ ਜਾਂ ਬੁਰੀ ਸੋਚ ਸੋਚ ਰਹੇ ਹੋਈਏ ਬੁਰੀ ਸੰਗਤ ਕਰ ਰਹੀ ਹੋਈਏ ਤਾਂ ਉਹ ਦਿਨ ਕਿੰਨਾ ਵੀ ਉਹਨੂੰ ਲੋਕ ਕਹਿੰਦੇ ਹੁਣ ਵੀ ਇਹ ਚੰਗਾ ਦਿਨ ਹੈ ਤੇ ਸਾਡੇ ਲਈ ਉਹ ਦਿਨ ਚੰਗਾ ਕਾਦਾ ਇਸ ਕਰਕੇ तमाम ਵਿਚਾਰਾਂ ਦਾ ਜਿਹੜਾ ਇੱਕ ਨਿਚੋੜ ਹੈ ਉਹ ਇਹੀ ਹੈ ਕਿ ਸਾਨੂੰ ਵਕਤ ਦੀ ਕਦਰ ਕਰਨੀ ਚਾਹੀਦੀ ਹੈ ਇਸ ਵਕਤ ਦੀ ਬੜੀ ਕੀਮਤ ਹੈ ਬੜੀ ਕੀਮਤ ਕੀ ਇਹ ਵਕਤ ਬੜਾ ਅਮੋਲਕ ਹੈ ਸੋ ਇਸ ਵਕਤ ਦੀ ਅਹਿਮੀਅਤ ਨੂੰ ਜਿਹੜਾ ਸਮਝ ਲੈਂਦਾ ਹੈ ਵਕਤ ਵਿਚਾਰੇ ਸੋ ਬੰਦਾ ਹੋਏ ਆਸ਼ ਕਰਦੇ ਹਾਂ ਹਰ ਨਵਾਂ ਸਾਲ ਹਰ ਮਹੀਨਾ ਹਰ ਦਿਨ ਹਰ ਇੱਕ ਇਨਸਾਨ ਲਈ ਨਵਾਂ ਹੋਵੇ ਨਵਾਂ ਹੋਣ ਤੋਂ ਭਾਵ ਹਰ ਦਿਨ ਅਸੀਂ ਚੰਗੀਆਂ ਗੱਲਾਂ ਸਿੱਖੀਏ ਚੰਗਾ ਸੋਚੀਏ ਤੇ ਚੰਗਾ ਕਰੀਏ ਇਸ ਲਈ ਇਹੀ ਉਮੀਦ ਹੈ ਇਹੀ ਆਸ ਹੈ ਇਹੀ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਹਰ ਇੱਕ ਲਈ ਹਰ ਮਹੀਨਾ ਹਰ ਦਿਨ ਹਰ ਸਾਲ ਖੁਸ਼ੀਆਂ ਭਰਿਆ ਭਾਗਾ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ